ਸਰਵਸ਼ਕਤੀ ਸੈਨਾ ਦੀ ਇੱਕ ਮੀਟਿੰਗ ਨਿਊ ਮਨਸਾ ਦੇਵੀ ਨਗਰ ਵਿਖੇ ਨੀਰਜ ਸੇਠ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ ਸੋਨੂ ਜੋਗੀ ਨੂੰ ਫਗਵਾੜਾ ਸਿਟੀ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵਯੁਕਤ ਅਹੁਦੇਦਾਰਾਂ ਨੇ ਸੀਨੀਅਰ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਵਾਇਆ ਕਿ ਉਹ ਪਾਰਟੀ ਨੂੰ ਹੋਰ ਅੱਗੇ ਲਿਜਾਣ ਲਈ ਤਨ ਮਨ ਤਨ ਨਾਲ ਸੇਵਾ ਕਰਨਗੇ। ਇਸ ਮੌਕੇ ਪੰਡਿਤ ਦੀਪਕ ਸ਼ਾਸਤਰੀ ਵੱਲੋਂ ਨਵਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਆਏ ਹੋਏ ਸਭ ਮੈਂਬਰਾਂ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਫਗਵਾੜਾ ਨਿਊਜ਼ ਟੀਵੀ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਜੈ ਸ਼੍ਰੀ ਰਾਮ। ਮੈਂ ਪੰਡਿਤ ਦੀਪਕ ਸ਼ਾਸਤਰੀ। ਅੱਜ ਫਗਵਾੜਾ ਸ਼ਹਿਰ ਵਿੱਚ ਸਾਡੀ ਆਗਾਮੀ ਮੀਟਿੰਗ ਹੋਈ, ਉਹਦੇ ਵਿੱਚ ਫਗਵਾੜਾ ਸ਼ਹਿਰ ਸ਼੍ਰੀ ਬੰਸਾ ਦੇਵੀ ਮੁਹੱਲਾ ਗਲੀ ਨੰਬਰ 1 ਨੀਰਜ ਸੇਠੀ ਦੀ ਅਗਵਾਈ ਵਿੱਚ ਸਾਡੇ ਸੋਨੂ ਵਾਈਸ ਪ੍ਰਧਾਨ ਰਾਜੂ ਜੀ ਸਿਟੀ ਪ੍ਰਧਾਨ ਦੀ ਅਗਵਾਈ ਵਿੱਚ ਲਗਵਾਏ ਗਏ। ਸੋ ਇਹਦੇ ਵਿੱਚ ਉਪਸਥਿਤ ਸਾਡੇ ਰਜਿੰਦਰ ਸ਼ਰਮਾ ਜੀ ਔਰ ਵਾਰਡ ਪ੍ਰਧਾਨ 7 ਦੇ ਸਾਡੇ ਰਜਿੰਦਰ ਸ਼ਰਮਾ ਜੀ ਨਾਲ ਸ਼ਾਮਿਲ ਹੋਏ ਆ। ਬਹੁਤ ਹੀ ਖੁਸ਼ੀ ਹੋਈ ਹੈ ਸਾਨੂੰ ਵਾਈਸ ਪ੍ਰਧਾਨ ਸੋਨੂ ਜੀ ਨੂੰ ਲਗਾ ਕੇ, ਔਰ ਇਹ ਪੂਰਾ ਸਾਡਾ ਸਹਿਯੋਗ ਦੇਣਗੇ, ਪੂਰੀ ਇਹਨਾਂ ਦੀ ਟੀਮ ਹੈ। ਸੋ ਮੈਂ ਥੈਂਕਸ ਕਰ ਲੈਣਾ। ਜੈ ਸ਼੍ਰੀ ਰਾਮ। Subscribe now and press the bell icon. Never miss an update.